ਅੱਬਾ ਦਾ ਨੂੰ ਗਾਣਾ ਕੱਢ ਲੈ ਪਿੱਛੇ ਰੈਪ ਕਰਨ ਦਿਆ ਉਹ ਯਾਰ ਉਹਦੀ ਪਹਿਲੇ ਗੱਲ ਤਾਂ ਤਾਲੂ ਦਾ ਪੂਰਾ ਬਾਹਰੋਂ ਆਇਆ 2 ਮਹੀਨੇ ਬਾਅਦ ਆ ਕੇ ਮਰ ਗਿਆ ਮੈਂ ਕਿਹਾ ਹਾਂ ਕੀ ਹੋਇਆ ਕਹਿੰਦਾ ਪੀਟੀਏ ਪ੍ਰੂਫ ਨਹੀਂ ਸੀ ਹੈ ਕੁਲਫੀ ਨਾ ਟੱਕਾ ਕੋਦਿਆ ਹੁੰਦਾ ਵਾ ਖੁਸਰਾ ਸੀ ਤੇ ਮਿਸਤਰੀ ਬਣ ਗਿਆ ਆਪਣੇ ਮਜ਼ਦੂਰ ਨੂੰ ਆਵਾਜ਼ ਦੇ ਰਿਹਾ ਚੇਲਾ ਕਹਿੰਦੇ ਨੇ ਸਾਰਿਆਂ ਨੂੰ ਖੁਸ਼ ਆਮਦੀਦ ਉਹਨਾਂ ਦੇ ਟੀ ਟਾਈਮ ਦੇ ਵਿੱਚ ਸਭ ਨੂੰ ਖੁਸ਼ ਆਮਦੀਦ ਮੇਰੀ ਦਾੜ੍ਹ ਦਾ ਮਸਲਾ ਬਣਿਆ ਹੋਇਆ ਮੈਂ ਦਾੜ੍ਹ ਕਢਵਾਈ ਹੈ ਠੀਕ ਇੱਧਰਲੀ ਦਾੜ੍ਹ ਡਾਕਟਰ ਨੇ ਬੋਲਣ ਤੋਂ ਮਨਾ ਕੀਤਾ 2 ਘੰਟੇ 3-4 2 ਦਿਨ ਯਾਰ 2 ਵੀਕ 2 ਸਾਲ 2 ਘੰਟੇ ਉਹਨਾਂ ਨੇ ਕਿਹਾ ਚੁੱਪ ਰਹਿਣਾ 2 ਘੰਟੇ ਹਾਂਜੀ ਤੇ 1 ਮਿੰਟ 2 ਤੋਂ 3 ਘੰਟੇ ਉਹਨਾਂ ਨੇ ਕਿਹਾ ਚੁੱਪ ਰਹਿਣਾ ਕੀ ਚਾਬਾ ਲਈ ਹੈ ਕੀ ਬਾਸਕਟ ਲਿਆ ਬਾਸਕਟ ਨਹੀਂ ਬਾਸਕਟ ਟਾਇਰ ਉਹ ਕਹਿੰਦੇ ਪੀਜ਼ਾ ਮੰਗਾ ਕੇ ਤੇ ਗਿਆ ਸਾਜੀ ਨਹੀਂ ਕੋਈ ਪਰੌਂਠਾ ਖਾਣਾ ਵਾਲਾ ਹਾਜੀ ਨੂੰ ਬੁਲਾਈ ਤੇ ਆਹ ਹਾਜੀ ਕੀ ਅੱਛਾ ਤਵਾਫ ਕੀਤਾ ਅਜ ਉਹ ਯਾਰ ਹਾਜੀ ਇਤੋਂ ਇਲਾਵਾ ਕਿੱਦਾਂ ਗਾਉਣਾ ਹਾਜੀ ਯਾਰ ਬਹੁਤ ਅੱਛੇ ਨਹੀਂ ਬਣਦਾ ਹੀ ਸਹੀ ਹੈ ਸਿੱਧਾ ਸਿੱਧਾ ਦੱਸ ਦੇਣੇ ਕਿ ਨਾਜ਼ਰੀਨ ਉਸਤਾਦ ਜੀ ਨੇ ਦਾੜ੍ਹ ਕਢਵਾਈ ਆ ਉਸਤਾਦ ਜੀ ਨੂੰ ਬੋਲਣ ਤੋਂ ਮਨਾ ਕੀਤਾ ਉਸਤਾਦ ਜੀ ਨੂੰ ਬੋਲਣ ਤੋਂ ਮਨਾ ਕੀਤਾ ਗਿਆ 2 ਤੋਂ 3 ਘੰਟੇ ਤੇ ਲਿਹਾਜ਼ਾ ਕੁਛ ਖਾ ਪੀ ਵੀ ਨਹੀਂ ਸਕਦੇ ਤੇ ਤੁਹਾਡੀ ਮਿਹਰਬਾਨੀ ਆ ਮੈਨੂੰ ਜ਼ਿਆਦਾ ਡਿਸਟਰਬ ਨਾ ਕਰਿਓ ਹਾਂ ਤੇ ਇੱਕ ਖਾਣ ਪੀਣ ਕਿੰਨੇ ਦਿਨ 7 ਦਿਨ ਬੋਲਣਾ ਨਹੀਂ ਦਾੜ੍ਹ ਕਢਾਈ ਆ ਉਹਨੇ ਮੁਸਲਸਲ 7 ਦਿਨ ਬੱਕਰਾ ਦੱਸਿਆ ਕਹਿੰਦੇ 7 ਦਿਨ ਇੱਧਰੋਂ ਨਹੀਂ ਖਾਣਾ ਮੈਂ ਵੇਲਾ ਕਿੰਨਾ ਦੇਖਿਆ ਉਹਨਾਂ ਨੂੰ ਮੈਂ ਖਾਰਾ ਕਰਨ ਦੇ ਹਾਂਜੀ ਹੁਣੇ ਹੀ ਕਢਾਈ ਕਿੰਨੀ ਦੇਰ ਹੋਈ ਘੰਟਾ ਹੋਇਆ ਉਹ ਨਹੀਂ ਕਹਿੰਦੇ 1 ਘੰਟੇ ਚ ਉਹਨੇ 7 ਦਾੜਾਂ ਕੱਢੀਆਂ ਅੱਛਾ 7 ਤੇ ਮਿੱਠੀਆਂ ਹੁੰਦੀਆਂ ਨੇ ਯਾਰ ਕੀ ਉਸਤਾਦ ਜੀ ਹੁਣ ਨਾਜ਼ਰੀਨ ਨੂੰ ਦੱਸੋ ਕਿ ਅਸੀਂ ਜਿਵੇਂ ਕਮੈਂਟ ਪੜ੍ਹਦੇ ਹੋ ਕਮੈਂਟ ਵੀ ਪੜ੍ਹ ਕੇ ਦੱਸੋ ਇੱਕ ਬੰਦੇ ਦਾ ਕਮੈਂਟ ਆਇਆ ਖਾਣਾ ਹੋਈਏ ਫਰੀਦ ਭਾਈ ਕਮੈਂਟ ਯਾਰ ਕਮੈਂਟ ਤੇ ਪੜ੍ਹਦੇ ਰਹੀ ਗਾਣਾ ਉਸਤਾਦ ਜੀ ਗਾਣਾ ਕੁਛ ਆ ਯਾਰ ਓਏ ਹੋਏ ਹੋਏ ਲਾਜੀ ਗਾਣਾ ਕੀ ਬਾਤ ਕੀ ਆਵਾਜ਼ ਬੰਦਾ ਯਾਰ ਬਾਜੀ ਬਾਬੂਲ ਕੀ ਦੁਆਏ ਲੈਤੀ ਜਾ ਚਲੋ ਜੀ ਉਸਤਾਦ ਜੀ ਬਾਬੂਲ ਮੈਂ ਨਹੀਂ ਬਾਬੂਲ ਮੈਂ ਸੁਣਨਾ ਤਸਵੀਰ ਨਹੀਂ ਜੇ ਤੂੰ ਉਹ ਸੁਣਨਾ ਫਿਰ ਮੈਨੂੰ ਉਹ ਸੁਣਾਣਾ ਵਾ ਤਤੜੀ ਦੇ ਢੋਲਾ ਉਸਤਾਦ ਜੀ ਬਹਾਰੋਂ ਫੁੱਲ ਵਰਸਾਓ ਓਏ ਉਹ ਸੁਣਿਆ ਵਾ ਤੇਰੇ ਫੁੱਲ ਬਣਦੇ ਹੈ ਕਾਕਾ ਪਹਿਲੇ ਤਾਂ ਚਲੋ ਜੀ ਉਸਤਾਦ ਜੀ ਬਹਾਰੋਂ ਫੁੱਲ ਵਰਸਾਓ ਯਾਰ ਇੱਕ ਸੋ ਏਦਾਂ ਹੀ ਉਸਤਾਦ ਜੀ
ਅੱਖ ਨੂੰ ਬਡਿਸਟਾ ਬਣਾਤਾ ਲੜੀ ਤੇ ਆ ਵਾ ਪਰ ਅੱਖ ਲੜੀ ਏਦਾਂ ਥੋੜੀ ਹੁੰਦਾ ਯਾਰ ਉਹ ਗਾਣੇ ਚ ਅੱਖ ਲੜੀ ਏਦਾਂ ਵੀ ਹਾਂ ਲੜੀ ਮਜ਼ਾ ਲਈਏ ਕਿੱਦਾਂ ਗਾਣਾ ਕਿਹੜੀ ਗੱਲ ਕਿਸੇ ਗਾਣੇ ਸਰਗਮ ਹੋਵੇ ਨਾ ਉਹ ਕਰਕੇ ਸੁਣਾਓ ਸਰਗਮ ਵਾਲਾ ਸਰਗਮ ਵਾਲਾ ਪਟਵਾਰੀਆਂ ਚੋਂ ਨਿਕਲੀਏ ਸਰ ਜੀ ਸਾਡਾ ਚਿੜੀਆਂ ਦਾ ਚੰਬਾ ਸੁਣਾਓ ਤੁਫੈਲ ਨਿਆਜ਼ੀ ਸਾਹਿਬ ਆਹਾ ਵਾਹ ਵਾਹ ਹਾਂ ਮੈਂ ਕੁੜੀ ਹਾਂ ਆ ਠੀਕ ਤਰਜ ਸਮਝ ਆ ਜਾਣੀ ਕਿਹੜਾ ਗਾਣਾ ਪਹਿਲੋਂ ਦੱਸਦੇ ਬੁੱਢੇ ਬਾਰੇ ਵੀ ਚੱਕ ਪਿਆ ਕਰਨਾ ਹੈ ਜਵਾਨੀ ਮੈਂ ਕਿਆ ਕਰਤੇ ਹੋ ਗਏ ਬਹੁਤ ਅੱਛੇ ਵਾਹ ਵਾਹ ਨੇੜੇ ਆ ਜ਼ਾਲਮਾ ਵੇ ਮੈਂ ਠਰ ਗਈ ਆ ਹਾਂਜੀ ਤੁਸੀਂ ਪਰਫਾਰਮ ਕਰ ਯਾਰ ਸਹੀ ਆ ਲੇਕਿਨ ਠਰੀ ਆ ਯਾਰ ਅੱਛਾ ਸਰ ਜੀ ਚਿੱਟੀ ਘੋੜੀ ਵੇ ਨੀਲੀ ਘੋੜੀ ਵੇ ਵਕੀਲਾ ਤੇਰੀ ਤੇ ਪਹਿਲੀ ਪੇਸ਼ੀ ਅਸੀਂ ਬੁੱਝਾਂਗੇ ਚਲੋ ਮੈਨੂੰ ਸੁੱਤੀ ਨੂੰ ਜਗਾ ਕੇ ਇਸ ਤਰ੍ਹਾਂ ਜੀ ਕੱਲਾ ਹੂ ਹਾਂ ਦਾ ਕਿਹਾ ਡਾਕਟਰ ਨੇ ਉਹਨੇ ਸੁਣ ਹੋਈ ਹੈ
ਕੋਡਰ ਸੌਂ ਪੂਰਾ ਮੂੰਹ ਸੌਂਦਾ ਆ ਠੀਕ ਨਾ ਉਹਨੇ ਕਿਹਾ ਬੋਲਣਾ ਹੀ ਬੋਲੇਗਾ ਜ਼ਬਾਨ ਬਲੀਡਿੰਗ ਹੁੰਦੀ ਸੀ ਤੇ ਉਸਤਾਦ ਜੀ ਅੱਜ ਛੁੱਟੀ ਕਰ ਲੈਂਦੇ ਨਹੀਂ ਉਹਨਾਂ ਨੇ ਨਹੀਂ ਕਰਦੇ ਮੇਰੀ ਸੁਣੋ ਗੱਲ ਉਸਤਾਦ ਜੀ ਤੁਸੀਂ ਐਵੇਂ ਦਾੜ ਕਢਾਤੀ ਸਿਆਣੇ ਕਹਿੰਦੇ ਉਹਨੂੰ ਕਿੱਲ ਲੈ ਕੇ ਨਾ ਡਟ ਕਿੱਲ ਉਹ ਚ ਠੋਕੋ ਦਾੜ ਸੈੱਟ ਹੋ ਜਾਂਦੀ ਨਹੀਂ ਹੁਣ ਦਾੜ ਦੋ ਚਾਰ ਦਿਨ ਰਹਿੰਦੇ ਨੇ ਤਈ ਗਾਣਾ ਵੱਜ मछली हाँ दो जी बड़ा सिंपल स्टार्ट ये तो पढ़े जा रहा हूँ अपना मुझे बैठ मुझे चलो दसो कर जी कुत्ता ही कितने बेच मैं ला लिया नहीं नहीं तुझे दो में नहीं है कावत कर दो हम लोग कावत कर दस तो चीप आएगा कितने गजल लिखने हैं दस मुश्किल है मैनू पता चल गया मशहूर मशहूर दो दिल टूट गए नहीं नहीं कहंदे दो मेरी दाह निकली है दो घंटे मैं चुप रहना नाजरी ने बड़िया दवावां करनिया मेरे दो दिल टूट गए दो दिल अगे छू नहीं है दो टूट गए टूट गए दो दिल टूटे दो दिल हारे जो हार देना हार गए दुनिया वालों सदके तुम्हारे हारे का आ दिशा है हारे का आ वा
अच्छा उस्ताद जी मैं गाना लुभावा गाना मैं लुभाना एक तुसी लुभाना एक तू लुभाना तुम इतनी प्यारी हो सा और मैं अच्छा तो ना ਉਹਨਾਂ ਨੇ ਕਿੰਨੇ ਘੰਟੇ ਦਾ ਕਿਹਾ ਵਾ ਦੱਸਿਆ ਘੰਟਾ ਦੋ ਤਿੰਨ ਨਹੀਂ ਕਹਿੰਦੇ ਪਹਿਲੇ ਇੱਕ ਗੱਲ ਇੱਕ ਵਾਰੀ ਉਹਨੇ ਕਿਹਾ ਘੰਟਾ ਫਿਰ ਦੋ ਤਿੰਨ ਘੰਟੇ ਨਾ ਸੀ ਮਿੱਠੇ ਗੱਲ ਸੁਣੀ ਦਾੜ ਨੀ ਘਰਾਉਣੀ ਮੇਰਾ ਔਖਾ ਟਾਈਮ ਲੰਘਾਈ ਚੱਕ ਲਿਆ ਕਦੀ ਰਾਸ਼ਨ ਦੀ ਯਾਰ ਕੀ ਮਤਲਬ ਜਾਨੀ ਗੱਲ ਤਾਂ ਸੁਣ ਲਾ ਉਹਨੂੰ ਕੀ ਔਖਾ ਟਾਈਮ ਮੇਰਾ ਕੀ ਕਿਤੇ ਮੇਰੀ ਕਿਤੇ ਗੱਡੀ ਵੱਜ ਗਈ ਯਾਰ ਮੈਂ ਤੈਨੂੰ ਉਹੀ ਤਾਂ ਕਹਿਣ ਦਿਆਂ ਦਾੜ ਕਢਾ ਲਈ ਬਸ ਠੀਕ ਆ ਤੂੰ ਭਾਈ ਮੱਝ ਦੀ ਡਿੱਗੀ ਹੁੰਦੀ ਮੈਂ ਤੁਹਾਨੂੰ ਇਹ ਕਹਿਣ ਦਿਆਂ ਕਿਆ ਬਾਤ ਹੈ ਕਿਆ ਬਾਤ ਹੈ ਕੁਲਫੀ ਨਾਲ ਟੱਕਾ ਖੋਲਿਆ ਹੁੰਦਾ ਵਾ ਯਾਰ ਉਹ ਦੋ ਵੀ ਆਪਸ ਕਰਨ ਦੇ ਆਹੋ पैसे जुड़े होंगे की लेना देना जहाज चिंग जी डेक लाया हों मैं तुम ये कह जहाज नहीं सूट करता सिर्फ बक्से सूट करता पैलेट आले कमरे चिंग जी डेक नहीं लाया साहब जी ला के जा ही रहा वो ਜਿੱਥੇ ਜਾਣਾ ਉਹ ਤੋਂ ਵੀ ਗਾਂਹ ਲੰਘ ਗਿਆ ਜਹਾਜ਼ ਭਾਈ ਕੰਟਰੋਲਰ ਰੂਮ ਨਾਲ ਰਾਬਤਾ ਹੀ ਨਹੀਂ ਕਰ ਰਿਹਾ ਕੰਟਰੋਲਰ ਰੂਮ ਉਹ ਯਾਰ ਉਹਨਾਂ ਰਾਬਤਾ ਤੇ ਕਰ ਲਾ ਪੈਸਾ ਪੈਲਟ ਪਾਇਆ ਗਿਆ ਮੈਂ ਕੀ ਕਰਦਾ ਉਹਨਾਂ ਨਾਲ ਮੈਂ ਕੁਛ ਐਸਾ ਕੀਤਾ ਹੀ ਨਹੀਂ ਕਾਲੂ ਤੂੰ ਐਵੇਂ ਇਲਜ਼ਾਮ ਜਿਹਾ ਲਾਉਂਦਾ ਠੀਕ ਕਹਿੰਦੇ ਆ ਮੈਂ ਤੈਨੂੰ ਯਾਰ ਯਾਰ ਮੇਰਾ ਹੁੰਡਾਈ ਗੱਡੀਆਂ ਦੇ ਪਿੱਛੇ ਟ੍ਰੈਂਡ ਪਿੱਛੇ ਸੂਟ ਟੰਗੇ ਆ ਹੈਂਗਰਾਂ 'ਚ ਬੜੇ ਅੱਛੇ ਪੈਂਟ ਕੋਟ ਤੇ ਹੈਂਗਰ ਟੰਗ ਕੇ ਨਾਲੇ ਟੰਗੇ ਸਾਰੇ शीशे ला न्यू खान जचदे यार की हो गया उत्ते झंग तो बरासता लिखाया जहाज बना लिया इन्हे पर जगह गत्ते पसाए भाई ਇੱਟਾਂ ਦਾ ਸਰਾਣਾ ਹੁੰਦਾ ਮੈਂ ਤੁਹਾਨੂੰ ਇਹ ਕਹਿੰਦਾ ਵਾਹ ਕੀ ਬਾਤ ਹੈ ਪਲੇਨ ਬੈਨਰ ਹੁੰਦਾ ਵਾ ਹਾਂ ਫਰੀਦ ਯਾਰ ਕੀ ਨਹੀਂ ਮੈਂ ਉਹਨੂੰ ਜਗ੍ਹਾ ਯਾਰ ਗੱਲ ਤੋੜਦੀ ਉਸ ਵੇਲੇ ਸੀਲਿੰਗ ਕਰਾਈ ਹੁੰਦੀ ਖੁੱਡੇ ਨਹੀਂ ਹੁੰਦੀ ਆ ਕਮਰੇ 'ਚ ਹੁੰਦੀ ਬੜਾ ਅੱਛਾ ਫੈਸਟ ਹੈ ਹੁੰਡਾ ਉਹ ਆਂਡਿਆਂ ਵਾਸਤੇ ਕੁੜੀਆਂ ਵਾਸਤੇ ਮਿੱਠਾਂ ਵਾਸਤੇ ਬਹੁਤ ਅੱਛੇ ਯਾਰ ਕੀ ਹੋ ਗਿਆ ਤੈਨੂੰ ਯਾਰ ਮੇਰੀ ਗੱਲ ਤਾਂ ਸੁਣ ਲੈ 72 ਸੀਟਰ ਸਾਈਕਲ ਹੁੰਦਾ ਵਾ 2 ਮਿੰਟ ਸਾਡੀ ਵੀ ਤਾਂ ਸੁਣਨਾ ਤੂੰ ਆਪਣੀ ਹੀ ਕਰੀ ਜਾਣ ਡਿਆ ਵਾ ਤੇਰੇ ਵਰਗੀ ਬੱਕਰੀ ਹੁੰਦੀ ਉਹਦੇ ਪੈਰ ਦੇ ਵਿੱਚ ਨਾ ਇੱਕ ਬਜਰੀ ਦਾ ਦਾਣਾ ਜ਼ਰੂਰ ਫਸਿਆ ਹੁੰਦਾ ਸਾਰੀ ਦਿਹਾੜੀ ਫਿਰਦੀ ਤੂੰ ਗੱਲ ਤਾਂ ਸੁਣ ਲੈ ਤੂੰ ਕਿਸੇ ਦੀ ਸੁਣ ਲਿਆ ਕਮਰਸ਼ਲ ਏਰੀਆ ਦਾ ਖੁਸਰਾ ਹੁੰਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਯਾਰ ਫਿਰ ਕਾਰ 'ਚ ਟਾਇਲ ਲਵਾਈ ਹੁੰਦੀ ਤੂੰ ਸਾਡੀ ਨਹੀਂ ਸੁਣਨੀ ਵੇਲਾ ਆਪਣੀ ਸੁਣਾਈ ਜਾ ਚਲੋ ਜੀ ਸੁਣਾ ਲਓ ਤੁਸੀਂ ਸੁਣਾ ਲਓ ਤੁਸੀਂ ਸੁਣਾ ਇਦਾਂ ਤੇ ਪਰੌਣਾ ਨੂੰ ਕਹਿਣ ਦੇ ਵੱਡੀ ਬੁਰਕੀ ਪਾ ਲੈਣਾ ਵਾ ਯਾਰ ਤੂੰ ਉਹਨੂੰ ਕਾਰ ਦੇ ਚੁੱਪ ਕਰ ਅੱਛਾ ਇਦਾਂ ਦਾ ਬਾਂਦਰ ਨਾ ਟੂਰਿਸਟਾਂ ਦੇ ਕੱਚੇ ਲੱਗ ਦੌੜ ਜਾਂਦਾ ਹੋਰ ਕੁਛ ਵੀ ਨਹੀਂ ਕਰਦਾ ਹੈਗਾ जंगल चढ़न लगा भी इन्हें उठ ला तैराकी मिठे जराब च आमलेट बनाया हों नहीं बनता यार जराब फ्राई वन च बनता यार असि नहीं वेख्या कि मन ली यार देख चुल्टी की गल सा भी सुननी है यार मेरी गल सुनो एक्सरे मशीन च गन्ना फसाया हों एक मिनट सबर कर लिया चुले ते दूरबीन पई हुंदी मैं क्या बगैर टूटी तो कूलर हुंदा बस सुन लै मेरी गल सुन लै इदां दे ना हेल्प लै ते मिला के ना कुड़ी ने उहनूं कही जाणगे देख लै चल गई यार मना के लिया किसे तरीके दा घंटा उहदे लगे रहिंदे आ
ਆ ਛੱਡ ਗਈ ਮੈਨੂੰ ਮੈਂ ਤੈਨੂੰ ਕਹਿਣ ਗਿਆ ਸੀ ਹੈਲਪ ਲੈ ਬਿਟੇ ਉਹਦਾ ਕੀ ਹੈ ਤੇਰੇ ਨਾਲ ਬਈ ਉਹ ਤੈਨੂੰ ਕੀ ਆਹੋ ਏਦਾਂ ਨਹੀਂ ਕਰੀਦਾ ਹੁੰਦਾ ਯਾਰ ਅੱਲਾ ਮੁੰਡੇ ਦੇ ਹਕੀਕੇ ਰੱਖੇ ਤੇ ਹੈਲਪ ਲੈਣ ਦੇ ਕਾਲ ਮਿਲਾ ਕੇ ਉਹਨੂੰ ਦਫ ਦੇਣ ਦਿਆ ਉਹ ਨਾਨਕਿਆਂ ਨੂੰ ਸੱਦ ਦਾਦਕਿਆਂ ਨੂੰ ਸੱਦ ਉਹਨਾਂ ਨੂੰ ਮਤਲਬ ਕੀ ਉਹ ਕੰਪਿਊਟਰ ਬੋਲਦਾ ਅੱਗੇ ਉਹ ਕਿਹੜਾ ਤੂੰ ਹੈਰੀ ਕੱਟਾ ਲਿਆ ਉੱਥੇ ਜਿਹੜਾ ਉਹਨਾਂ ਨੂੰ ਕੁੱਤਾ ਪਿਆ ਤੈਨੂੰ ਮਾਰਨ ਡਿਆ ਕਹਿੰਦਾ ਵੀ ਮੇਰੇ ਪੁੱਤਰਾ ਰਖਾਈ ਗਿਆ ਯਾਰ ਇਹ ਕਿਹੜਾ ਤੇਰਾ ਤੱਲੋ ਪਿਆ ਹੁੰਦਾ ਇਹ ਕਿਹੜਾ ਕੰਮ ਦੱਸ ਉਹਨੂੰ ਮਾਰ ਲਿਆ ਲੈ ਕੇ ਆਇਆ ਕਹਿੰਦਾ 70 lakh ਦਾ ਮੈਂ ਕਿਹਾ ਮਤਲਬ ਕੀ ਮਤਲਬ ਕਹਿੰਦਾ ਸਜ਼ੂਕੀ ਦਾ ਇੰਜਣਾਂ ਵਿੱਚ ਉਹ ਯਾਰ ਕਿਹੜਾ ਸਜ਼ੂਕੀ ਦਾ ਇੰਜਣ ਕੀ ਹੋ ਗਿਆ ਤੈਨੂੰ ਯਾਕੋਹਾਮਾ ਦਾ ਲੈ ਕੇ ਆਇਆ ਲਸ਼ਾਪੋ ਬਹੁਤ ਅੱਛੇ ਯਾਰ ਦੱਸ ਤੂੰ ਕੁੱਤਾ ਲਾਇਆ ਤੇ ਉੱਤੇ ਲਿਖਾਇਆ ਬੈਕ ਬੋਏ ਦੱਸ ਯਾਰ ਆਪਣੇ ਅੱਬੂ ਦੀ ਆਈਡੀ ਬਣਾਤੀ ਬੈਡ ਬੋਏ ਦੇ ਨਾਂ ਤੋਂ ਯਾਰ ਵੇ ਰੈਕਨਸ ਆਓ ਯਾਰ ਦੋਸਤਾਂ ਨਾਲ ਫਰੀਦ ਨੇ ਆਪਣੀ ਤਸਵੀਰ ਸੁੱਟੀ ਪੂਰੀ ਫੇਸਬੁੱਕ ਤੇ ਝੜੀਆਂ ਆਣ ਲੱਗ ਪਈਆਂ ਭਾਈ ਤਾਲੂ ਦਾ ਅੱਬੂ ਨਾ ਬਾਹਰੋਂ ਆਇਆ 2 ਮਹੀਨੇ ਬਾਅਦ ਆ ਕੇ ਮਰ ਗਿਆ ਮੈਂ ਕਿਹਾ ਹਾਂ ਕੀ ਹੋਇਆ ਕਹਿੰਦਾ ਪੀਟੀਏ ਪਰੂਫ ਨਹੀਂ ਸੀ ਹੈ ਨਾਨੀ ਬੋਲਦੀ ਨੀ ਸੀ ਮੈਂ ਕਿਹਾ ਕੀ ਕਹਿੰਦਾ ਚੀਜ਼ ਸਿਮ ਪਾਈ ਯਾਰ ਵੇਖਲਾ ਯਾਰ ਪੈਂਟ ਕੋਟ ਪਾਇਆ ਥੱਲੇ ਘੁੰਗਰੂ ਵਾਲੀ ਬਨੈਣ ਪਾਈ ਉਹ ਯਾਰ ਕੀ ਘੁੰਗਰੂ ਵਾਲੀ ਬਨੈਣ ਵਾਲਿਆਂ ਦਾ ਭਰਾ ਨਾ ਇੱਕ ਗੂੰਗਾ ਸੀ ਪੈਂਟ ਨੂੰ ਕਹਿੰਦਾ ਤੇ ਗਾਨੀ ਬਣਾ ਦੇ ਮਸਤ ਹੁੰਦਾ ਕਿਸੇ ਘਰ ਪਰਾਉਣਾ ਜਾਵੇ ਨਾ ਤੇ ਉਹਨਾਂ ਦੇ ਮੋਬਾਇਲ ਚ ਉਹਨਾਂ ਦਾ ਸਾਰਾ ਇਨਬੋਕਸ ਡਿਲੀਟ ਕਰ ਹੋਰ ਕੁਛ ਵੀ ਨੀ ਕਰਦਾ ਰੈਪ ਅੱਛਾ ਫਰੀਦ ਬੱਕਰੀ ਬੱਕਰੀ ਐਵੀ ਆਪਣਾ ਥਾਣ ਸਾਈਕਲ ਦੀ ਚੈਨ ਚ ਵਸਾ ਕੇ ਬੇਟੀ ਕਿੰਨੀ ਬਗੈਰਤੀ ਹੁੰਦੀ ਮੇਰੀ ਗੱਲ ਸੁਣ ਗਿਆ ਤੇਰੇ ਲੂੰ ਖੜੇ ਹੋਏ ਤੇ ਜਲ ਲਾਉਣ ਦਿਆ ਲੂਆਂ ਤੇ ਓਦਾਂ ਦੇ ਖੜੇ ਨੀ ਆਉਣ ਦੇ ਜਲ ਗੱਲ ਉਹਦੀ ਸੀਰੀਅਸ ਲੈ ਬੜੇ ਜਲ ਦੇ ਖਰਚਾ ਕਰਨ ਦਿਆ ਮਾਰੇ ਕਿੰਨੀ ਤਰਕੀਬ ਤਕੀਬ ਕਰਨ ਦਿਆ ਸਫੈਦੀ ਲੱਤ ਗਈ ਉੱਥੇ ਗੋਲਡਨ ਪਰ ਲਾਉਣ ਇਹਦੇ ਭਰਾ ਦੇ ਨਾ ਏਡਾ ਮੌਕਾ ਬਣਿਆ ਸੀਗਾ ਵਿਆਹ ਦਿਨ ਤਿਆਰ ਹੋਣ ਗਿਆ ਸਾਰਾ ਫੇਸ ਉਹਦੇ ਕੱਲੇ ਮੌਕੇ ਦਾ ਅਫੀਸ਼ਲ ਕਰਾਉਣ ਡਿਆ ਟਾਰਜ਼ਨ ਸੀ ਉਸਤਾਦ ਜੀ ਏਡਾ ਮਾੜਾ ਟਾਰਜ਼ਨ ਸੀ ਵੀ ਉਹ ਕਰਦਾ ਹੀ ਨਹੀਂ ਸੀ ਇਹਦੇ ਕੋਲੋਂ ਹਰਨੀ ਲੈ ਗਿਆ ਸ਼ੇਰ ਤੇ ਉਹਦੇ ਮਗਰੋਂ ਕਹਿਣ ਡਿਆ ਲੈ ਆ ਯਾਰ ਹਵਾਲੇ ਰੱਬ ਇਹ ਟਾਰਜ਼ਨ ਸੀ ਤੇ ਚਿੱਟਾ ਸੂਟ ਪਾ ਕੇ ਫਿਰਨਾ ਮੈਂ ਕਿਹਾ ਚਿੱਟਾ ਸੂਟ ਪਾ ਕੇ ਨਾ ਸੰਡੇ ਆ ਛੁੱਟੀ ਸੀ ਉਹੇ ਖੁਸਰਾ ਸੀ ਤੇ ਮਿਸਤਰੀ ਬਣ ਗਿਆ ਆਪਣੇ ਮਜ਼ਦੂਰ ਨੂੰ ਆਵਾਜ਼ ਦੇ ਰਿਹਾ ਚੇਲਾ ਮਿੱਠਾ ਵੀ ਖੁਸਰਾ ਹੁੰਦਾ ਸੀ ਠੇਕੇਦਾਰ ਬਣ ਗਿਆ ਇੱਕ ਬੰਦਾ ਕੰਮ ਤੇ ਲੱਗਣਾ ਤੇ ਉਹਨੂੰ ਕਹਿੰਦੇ ਆਪਣਾ ਅੰਗ ਚੈੱਕ ਕਰਾ ਹੱਥ ਪੈਰ ਖੁਸਰਾ ਸੀ ਤੇ ਮਿਸਤਰੀ ਬਣ ਗਿਆ ਕਹਿੰਦਾ ਕੰਮ ਤਾਂ ਕਰਨਾ ਜੇ ਝਾਂਜਰ ਦੀ ਬਾਹਾਂ ਗਾਣਾ ਲਾਓ ਤੇ ਆਵਾਜ਼ ਖੁਸਰਾ ਸੀਗਾ ਤੇ ਮਿਸਤਰੀ ਬਣ ਗਿਆ ਆਪਣਾ ਨਾਮ ਰੱਖਿਆ ਮਿਸਤਰੀ ਅਦਰੀਸ ਜਾਨ ਦੂਸਰਾ ਸੀ ਕੰਡਕਟਰ ਬਣ ਗਿਆ ਕਹਿੰਦਾ ਦੇਖ ਗੁਰੂ ਲਾ ਕੇ ਮਰੇ ਕੀ ਹੋ ਗਿਆ ਤੈਨੂੰ ਕਿੱਦਾਂ ਦਾ ਲੱਗੂਗਾ ਉਹਨਾਂ ਨੇ ਬੈਲ ਲਵਾਈ ਤਾਲੀ ਮਾਰ ਕੇ ਲਾਉਂਦੀ ਗੱਲ ਕਾਲੂ ਪਹਿਲੇ ਕਬਾੜ ਗਿਆ ਸੀ ਤੇ ਯਕਦਮ ਪੈਸੇ ਸੁਨਿਆਰਾ ਬਣ ਗਿਆ ਬਾਹਰ ਫੇਰ ਉਹੀ ਵੱਡਾ ਕੰਡਾ ਲਾਇਆ ਪ੍ਰੋਗਰਾਮ ਕਰਨਾ ਕਹਿੰਦਾ ਵਿਦ ਮਟੀਰੀਅਲ ਕੇ ਮਟੀਰੀਅਲ ਮੈਂ ਤਿੰਨ ਕਨਾਲ ਦਾ ਹਾਲ ਲੱਭਣ ਦਿਆ ਕਹਿੰਦਾ ਮੈਂ ਆਈਸਕ੍ਰੀਮ ਵਾਲੀ ਮਸ਼ੀਨ ਦੇਖਣੀ ਉਹ ਯਾਰ
सारी सुटती अच्छा ਐ ਵੀ ਖੁਸਰਾ ਸੀ ਤੇ ਕਿਤੇ ਇੱਟ ਵੱਜ ਗਈ ਤੇ ਉਹਨਾਂ ਨੂੰ ਦੱਸ ਰਿਹਾ ਕਿ ਐ ਵੇਖੋ ਮੇਰੇ ਪੈਰ ਤੇ ਨੇ ਇੱਟ ਕਿੱਦਾਂ ਮਾਰੀ ਇਹ ਖੁਸਰਾ ਸੀ ਤੇ ਐਂ ਕਰਕੇ ਇੱਟ ਸੁੱਟਦੇ ਆ ਯਾਰ ਬੱਸ ਕਰ ਕਿਹੜਾ ਖੁਸਰਾ ਇਹ ਵੀ ਐ ਇੱਟ ਕੀ ਮਤਲਬ ਤਾਰੂ ਬੈਂਕ ਚ ਗਿਆ ਤੇ ਉਹਨੂੰ ਕਹਿਣ ਦਾ ਸਾਰੀ ਜਗ੍ਹਾ ਵੈਲੀ ਪੇਜ ਤੇ ਸਲਾਤ ਲਾ ਲਵਾਂ ਕਹਿੰਦੇ ਸੀ ਕਰਾਇਆ ਤੇ ਇੱਕ ਦਾ ਸਲਾਤ ਲਾ ਫਰੀਦ ਵੀ ਭਾਈ ਖੁਸਰਾ ਹੁੰਦਾ ਸੀ ਠੇਕੇਦਾਰ ਬਣ ਗਿਆ ਤੇ ਉਹ ਜਿਹੜੀ ਪਲਸਤਰ ਤੇ ਨਹੀਂ ਗੱਦੀ ਜੀ ਮਾਰਦੇ ਉਹਦੇ ਨਾਲ ਬੇਸ ਲਾਉਂਦੇ ਆ ਆਪਣੀ ਨੂੰ ਫੋਮ ਨਾਲ ਵੱਡੇ ਨਾਲ ਇਹ ਪਹਿਲੇ ਮਿਸਤਰੀ ਸੀ ਤੇ ਨਾ ਹਾਲਾਤ ਡਾਊਨ ਹੋ ਗਏ ਤੇ ਗਜਰੇਲਾ ਲਾ ਲਿਆ ਪਹਿਲੇ ਗਾਹ ਕੁਛ ਇਤਰ ਖਾਣ ਡਿਆ ਏਦਾਂ ਪਾਪਾ ਦੇਣ ਡਿਆ ਦੇਸੀ ਨਾ ਭਾਜੀ ਪਾਪਾ ਦੇਣ ਡਿਆ ਇਹ ਵੀ ਏਦਾਂ ਹੀ ਭਾਜੀ ਇਹ ਖਸਰਾ ਦੇ ਤਾਜ ਉਹ ਵਾਲਾ ਵਦਨ ਕਰਨ ਵਾਲਾ ਨਹੀਂ ਲਾਟੂ ਜਿਹਾ ਇੱਥੇ ਪੜਨ ਕਹਿੰਦਾ ਬਿੰਦੀਆ ਚਮਕੇ ਕਿਦੋਂ ਵਜਨ ਕਰਨ ਵਾਲਾ ਲਾਟੂ ਜਿਹਾ ਤੇ ਉਹ ਕਿਹੜੀ ਬਿੰਦੀ ਬਣਾਦੀ ਪਰੇ ਕਿਹੜੀ ਬਿੰਦੀ ਬਣਾਦੀ ਆ ਕਾਦਰ ਵੀ ਲੱਗਦਾ ਕਰ ਰਿਹਾ ਆ ਕਾਦਰ ਵੀ ਖਸਰਾ ਸੀਗਾ ਇੱਕ ਜਗ੍ਹਾ ਪ੍ਰੋਗਰਾਮ ਕਰਨਗੇ ਬਿੰਦੀਆ ਚ ਕਾਦਰ ਵੀ ਖੁਸਰਾ ਸੀ ਇੱਕ ਜਗ੍ਹਾ ਨੱਚਣ ਗਿਆ ਨਾ ਪਹਿਲੇ ਲੈਵਲ ਰੱਖ ਕੇ ਜਗ੍ਹਾ ਦੇਖਣ ਦੇ ਸਾਰੀ ਪਲਾਸਕਰ ਦਾ ਘਾਹ ਖਾ ਕੇ ਆਪਣਾ ਢਿੱਡ ਖਰਾਬ ਕਰ ਟਾਰਜ਼ਨ ਸੀ ਇੱਕ ਚੀਤੇ ਨੂੰ ਕਹੀਏ ਵਜਾ ਗੋਸ਼ਤ ਲਿਆ ਪਕਾ ਕਰਨੇ ਟਾਰਜ਼ਨ ਸੀ ਝੁੰਬੜੀ ਨੂੰ ਕਹਿੰਦੇ ਭਾਬੀ ਖੇਡੀਏ ਉਹ ਯਾਰ ਉਹਨੂੰ ਕੀ ਪਤਾ ਭਾਬੀ ਅੱਛਾ ਇਹ ਵਕੀਲ ਬਣ ਗਿਆ ਨਾ ਵਕੀਲ ਬਣ ਗਏ ਤੇ ਆਪਣੇ ਚੈਂਬਰ ਚ ਸਾਰੀਆਂ ਸਲਮਾਨ ਖਾਨ ਦੀਆਂ ਤਸਵੀਰਾਂ ਸ਼ਾਹਰੁਖ ਖਾਨ ਦੀਆਂ ਲਾਈਆਂ ਉੱਤੇ ਬੱਚਿਆਂ ਦੇ ਕੋਨ ਆਈਸਕ੍ਰੀਮ ਵਾਲੀ ਮਸ਼ੀਨ ਵੀ ਰੱਖੀ ਵਕੀਲ ਬਣ ਗਿਆ ਦਰਾਜ ਵੀ ਰੱਖੇ ਆ ਕਮਾਦ ਦੇ ਗਾਜਰਾਂ ਦੇ ਕਹਿਤਾ ਆੜਦੀ ਆ ਵਕੀਲ ਕਾਲੂ ਵਕੀਲ ਬਣ ਗਿਆ ਕਾਲਾ ਕੋਣੀ ਲੱਭਾ ਤੇ ਕਾਲੀ ਚਦਰ ਲੈ ਕੇ ਕੇਸ ਲੜ ਰਿਹਾ ਮੇਰੀ ਸੁਣੋ ਗੱਲ ਜੱਜ ਸਾਹਿਬ ਮੈਂ ਤਾਂ ਜਿਹੜੀ ਚਦਰ ਲਈ ਜੱਜ ਕਹਿੰਦੇ ਚੰਦਰ ਸਵਾਲ ਯਾਰ ਤੇਰੀ ਬੇਤ ਅੱਛਾ ਮੁਜਰਮ ਦਾ ਕੇਸ ਲੜਨ ਡਿਆ ਵਾ ਤੇ ਕੇਸ ਲੜ ਕੇ ਬਾਹਰ ਨਿਕਲ ਕੇ ਕਹਿੰਦੇ ਬੈਲੈਂਸ ਵੀ ਆ ਮੇਰੇ ਕੋਲ ਹੈ ਹਾਂਜੀ ਕੀ ਬਣ ਗਿਆ ਜੱਜ ਸਾਹਿਬ ਕੋ ਗਿਆ ਕਹਿੰਦਾ ਤੇਰਾ ਮੋਬਾਈਲ ਚਾਰਜ ਲਾਓ ਫੇਰ ਵੀ ਕਾਲੂ ਵਕੀਲ ਸੀਗਾ ਕੇਸ ਲੜਨ ਦੇ ਤੇ ਆਪਣੀ ਮਸਵਾਕ ਆ ਵੱਜੀ ਇਹਦੇ ਕਾਲੂ ਵਕੀਲ ਸੀ ਦਫ਼ਤਰ ਦੇ ਬਾਹਰ ਪਿਆਲੇ 'ਚ ਮਿੱਠੀ ਸੌਂਫ ਰੱਖੀ ਹੈ ਜਿਹੜਾ ਨੇ ਕਿ ਮੂੰਹ ਮਿੱਠਾ ਕਰਕੇ ਜਾ ਰਹੀ ਹੈ ਵੀ ਉਹਨੇ ਰੋਟੀ ਖਾ ਕੇ ਕਹਿੰਦੀ ਅੱਛਾ ਵਕੀਲ ਸੀ ਤੇ ਉਹ ਬੋਲਣ ਨੇ ਇਹਦੇ ਵਿੱਚ ਜੱਜ ਨੇ ਕਿਹਾ ਕਿ ਆਰਡਰ ਕਿਹਾ ਹਜਦਾ ਨਹੀਂ ਕਰਨਾ ਹਜਦਾ ਨਹੀਂ ਮਾਮਾ ਉਹਨੇ ਤੇ ਗੱਲ ਕਰਨੀ ਕਰਨੀ ਆ ਜੱਜ ਨੇ ਥੋੜਾ ਜਿਹਾ ਡਾਂਡਾ ਕਹਿੰਦਾ ਜਾਓ ਮੈਂ ਨੀ ਖੇਡਣਾ ਉਹ ਯਾਰ ਕੀ ਹੋ ਗਿਆ ਤੈਨੂੰ ਲੁੱਡੋ ਖੇਡਣ ਦੇ ਤਾਂ ਏਡਾ ਮਾਟਾ ਵਕੀਲ ਸੀਗਾ ਇਹ ਫਰੀਦ ਭਾਈ ਮੋਟਰਸਾਈਕਲ ਤੇ ਹੁੰਦਾ ਸੀਗਾ ਕਿਤੇ ਬੁੱਲਾਂ ਨੂੰ ਖੁੱਚ ਗਈ ਤੇ ਕੇਸ ਲੜਾਉਂਦਾ ਜਸ ਬੁੱਲਾਂ ਨੂੰ ਮਰੇ ਮੁਲਤਵੀ ਕਰਦੇ ਕੇਸ ਜਿਹਦੀ ਬੋਲੀ ਜਾਂਦੇ ਚੈਂਬਰ ਦੇ ਵਿੱਚ ਲੋਹੇ ਦਾ ਗੱਲਾਂ ਰੱਖਿਆ ਕੀਰਤਨ ਲੱਗ ਗਿਆ ਵਕੀਲ ਸੀ ਤੇ ਡਬਲ ਪਾਣ ਵੀ ਖਾਂਦੇ ਤੇ ਡਬਲ ਪਾਣ ਮੂੰਹ 'ਚ ਪਾਇਆ ਤੇ ਜਾਇਜ਼ਾ ਦਾ ਦਰਗ ਇਹਦਾ ਅਰੇ ਗਾਲ ਇੱਕ ਮਿੰਟ ਦਾ ਵਕੀਲ ਸੀਗਾ ਸਾਜੇ ਕਿਉਂਕਿ ਇੱਕ ਚੋਰੀ ਦਾ ਕੇਸ ਆਇਆ ਤੇ ਦਰਾਜ ਨੂੰ ਤਾਲਾ ਲਾ ਗੱਲ ਸੁਣ ਦਿਆ ਆਪਣਾ ਡਰ ਪਿਆ ਕਿ ਮੇਰੀ ਸ਼ੈਲ ਕੋਈ ਚੁੱਕੀ ਉਹਨੇ ਕਿਹਾ ਯਾਰ ਸਾਡੇ ਮੁੰਡੇ ਕੋਲ ਚੋਰੀ ਇਹਨੇ ਕਰ ਲਈ ਗਲਤੀ ਤੇ ਕੇਸ ਲੜਨਾ ਤੇ ਆਪਣੇ ਦਰਵਾਜ਼ੇ ਲਾ ਕਹਿੰਦਾ ਕਦੋਂ ਵੀ ਗੱਲ ਬੇਟਾ ਤੂੰ ਬਾਹਰ ਬੈਠ ਆਪਣਾ ਬਚਾ ਕਰ ਦਿਆ ਲੈ ਯਾਰ ਬਹੁਤ ਅੱਛੀ ਗੱਲ ਵਕੀਲ ਸੀ ਇਹਦੇ ਕੋਲ ਤਲਾਕ ਦਾ ਕੇਸ ਆਗਾ ਤੇ ਆਪਣੀਆਂ ਚਾਰ ਕੱਢ ਕੇ ਦਿਖਾਤੀ ਕਹਿੰਦਾ ਮੈਨੂੰ ਵੀ ਚਾਰ ਵਕੀਲ ਸੀਗਾ ਤੇ ਇੱਕ ਚੰਗਾ ਨਾ ਜ਼ਿਮੀਦਾਰ ਬੰਦਾ ਚੰਗਾ ਬਦਮਾਸ਼ ਕਹਿੰਦਾ ਓਏ ਵਕੀਲਾ ਜੇ ਮੇਰਾ ਤੂੰ ਮੁੰਡਾ ਨਾ ਛਡਾਇਆ ਤੇ ਮੈਂ ਤੈਨੂੰ ਮਾਰ ਦੇਣਾ ਕਹਿੰਦਾ ਕਹਿੰਦਾ ਮੈਂ ਤਾਂ ਗੁੰਗਾ ਬੈਠਾ ਵਕੀਲ ਬਾਹਰ ਗਿਆ ਰੱਬ ਨੇ ਗੱਡੀ ਤੋਂ ਜਵਾਬ ਦਿੱਤੀ ਤੂੰ ਗੁੰਗਾ ਬਣ ਗਿਆ ਡਰ ਕੇ ਉਹ ਤਾਂ ਡਰ ਕੇ ਗੁੰਗਾ ਬਣ ਗਿਆ ਡਰ ਕੇ ਗੁੰਗਾ ਬਣ ਗਿਆ ਵਕੀਲ ਸੀ ਇਹਦੇ ਕੋ ਕੇਸ ਆ ਕਹਿੰਦਾ ਯਾਰ ਮੈਂ ਕਤਲ ਕੀਤਾ ਉਹਨੂੰ ਕਈ ਜਾਣੇ ਅੱਲਾ ਭਲਾ ਕਰੇ ਤੇਰਾ ਅੱਛਾ ਕੇਸ ਆਇਆ ਕੋਈ ਲੜਨ ਲਈ ਉਹਨਾਂ ਕਿ ਮੁੰਡੇ ਕੋ ਕਤਲ ਹੋ ਗਿਆ ਤਾਂ ਉਹਨਾਂ ਨੇ ਕਹਿਣ ਦਾ ਉਹ ਇੱਥੇ ਪੁਲਿਸ ਪਿੰਡ ਦੀ ਬੈਠਕ 'ਚ ਆਈ ਉਹ ਆਪਣੀ ਬੈਠਕ 'ਚ ਲੈ ਗਿਆ
ਕੀਨ ਸੀ ਭਾਈ ਪਹਿਲਾਂ ਗਏ ਸੀ ਇੱਡਾ ਭਾਰਾ ਫੜ ਗਿਆ ਆਪ ਵੀ ਅੰਦਰ ਹੋ ਗਿਆ ਨਾ ਉਹਦੇ ਬੰਦਾ ਕਹਿੰਦਾ ਯਾਰ ਆ ਮੇਰੇ ਮੁੰਡੇ ਕੋ ਕਤਲ ਹੋ ਗਿਆ ਕਹਿੰਦਾ ਉਹ ਭਾਈ ਲੈ ਕੇ ਜਾ ਇਹਨੂੰ ਮੈਨੂੰ ਵੀ ਫਸਵਾਉਣ ਨਿਕਲ ਹੀ ਨਾ ਇੱਕ ਬੰਦਾ ਕਹਿੰਦਾ ਸਾਡੇ ਕੋਲ ਕਤਲ ਹੋ ਗਿਆ ਕਹਿੰਦਾ ਬਸ ਫਿਰ ਭਾਜੀ ਉਹ ਮੈਂ ਨੀ ਕੁਛ ਕਰਦਾ ਛੇੜ ਕਾਰਡ ਲੈ ਕੇ ਨਾ ਜੱਜ ਵਕੀਲ ਸੀ ਤੇ ਰੰਗ ਵਾਲਾ ਛੇੜ ਕਾਰਡ ਲੈ ਕੇ ਜਾਈ ਦੇ ਅੱਗੇ ਰੱਖ ਕੇ ਨਾ ਤੇ ਪੀਲੇ ਰੰਗ ਤੇ ਉਂਗਲ ਦੇ ਕੇ ਜੇ ਕਹਿੰਦਾ ਜੈਸਾ ਮੈਂ ਹੁਣ ਬਹਿਸ ਕਰਨੀ ਹੈ ਜੇ ਇਹਦਾ ਰੰਗ ਇੱਦਾਂ ਦਾ ਹੋ ਗਿਆ ਸਮਝੋ ਝੂਠਾ ਜੀ ਕੁਵਾਰੀਆ ਸੀ ਤੇ ਪ੍ਰਾਪਰਟੀ ਡੀਲਰ ਬਣ ਗਿਆ ਇੱਕ ਬੰਦਾ ਮਕਾਨ ਵੇਚਣਾ ਕਹਿੰਦਾ ਮੈਂ ਤੋਲ ਕੇ ਲੈਣਾ ਕਿਹੜੀ ਗੱਲ ਸਰ ਇੱਦਾਂ ਕਰੀਦਾ ਹੁੰਦਾ ਇਹ ਵੀ ਸਾਹ ਜੀ ਕਿਸ਼ਤਾਂ ਵਾਲੀ ਦੁਕਾਨ ਬਣਾ ਲਈ ਆ ਇਹਨੇ ਤੇ ਬਾਹਰ ਲਿਖ ਰਿਹਾ ਜਾਂ ਫਿਰ ਮਹਿੰਦੀ ਵੀ ਕਿਸ਼ਤੋਂ ਪਰ ਨਿਕਾਲੀ ਜਾਤੀ ਉਹ ਯਾਰ ਮਹਿੰਦੀਆਂ ਕਿਹੜੀਆਂ ਕਿਸ਼ਤਾਂ ਤੇ ਨਿਕਲਦੀਆਂ ਕੀ ਹੋ ਗਿਆ ਕੋਈ ਫਰਿੱਜ ਦੇ ਕੋਈ ਵਾਸ਼ਿੰਗ ਮਸ਼ੀਨ ਦੇ ਏਦਾਂ ਉਹਨੇ ਨਹੀਂ ਕੀਤਾ ਮੇਰੇ ਨਾਲ ਫਿਰਦਾ ਹੋਇਆ ਨਹੀਂ ਕੀਤਾ ਕੱਲ ਉਹ ਬਣਦਾ ਯਾਰ ਜੋੜ ਇਹਦਾ ਕਿਸ਼ਤਾਂ ਦਾ ਕੰਮ ਸੀਗਾ ਤੇ ਝੁੰਬਰ ਪਾਰਟੀ ਵਾਲੇ ਕਿਸ਼ਤਾਂ ਦੇਣ ਡਿਆ ਉਹ 6 ਜਣੇ ਚਲੇ ਗਏ ਤੇ ਪਿੱਛੇ ਫੋਨ ਕਰਿਆ ਕਹਿੰਦਾ ਪੰਜਵਾਂ ਭੇਜ ਦੇ ਤੇ ਕਿਸ਼ਤ ਨਹੀਂ ਆਈ ਉਹ ਚਾਰ ਨੱਚਣੇ ਚਾਰ ਜਣੇ ਨੱਚਣੇ ਪਿੱਛੇ ਯਾਰ ਇਹ ਕਿਸ਼ਤਾਂ ਦੇ ਨੇ ਅਨਾਰ ਦਿੱਤੇ ਉਹ ਜਿਹੜੀ ਚੱਲਣ ਵਾਲੇ ਅਨਾਰ ਉਹ ਕਿਤੇ ਕਿਸ਼ਤ ਸ਼ਾਰਟ ਹੋ ਗਈ ਤੇ ਉਹਨਾਂ ਨੇ ਕਿਹਾ ਯਾਰ ਇਹਨੇ ਕਿਸ਼ਤ ਨਹੀਂ ਦਿੱਤੀ ਤੇ ਉੱਤੇ ਡਿੱਗ ਪਿਆ ਨਾਰਾ ਚੱਲਦੇ ਨਾਰੇ ਦੇ ਉੱਤੇ ਬਹਿ ਗਿਆ ਵੀ ਇਹਨਾਂ ਨੂੰ ਬੰਦ ਕਰੋ ਡਿਨਰ ਸੈੱਟ ਲੈਣ ਗਿਆ ਤੇ ਚਾਰਜਰ ਦਾ ਫੱਡਾ ਪਾ ਲਿਆ ਉੱਥੇ ਉਹ ਯਾਰ ਕੀ ਉਹ ਪੋਲਿਆਂ ਦਾ ਲੈਣ ਗਿਆ ਡਿਨਰ ਸੈੱਟ ਚਾਰਜਰ ਮਤਲਬ ਕਿੱਥੋਂ ਹੁੰਦਾ ਬਹੁਤ ਅੱਛੇ ਉਹ ਪੋਲਿਆਂ ਦਾ ਲੈ ਸਟਰਾਬਰੀ ਦਾ ਨਾਂ ਭੁੱਲਿਆ ਕਹਿੰਦਾ ਪਿੱਤਾਂ ਵਾਲਾ ਬੇਰ ਦੇ ਦਿਓ ਉਹ ਯਾਰ ਉੱਥੇ ਵੈਸੇ ਦਾਣੇ ਹੁੰਦੇ ਚਿੱਟੇ ਚਿੱਟੇ ਪਿੱਤਾਂ ਵਾਲਾ ਬੇਰ ਕਿਹੜਾ ਹੁੰਦਾ ਮਰੇ ਬਹੁਤ ਅੱਛੇ ਬਈ ਲੈ ਪਿੱਤ ਵਾਲਾ ਬੇਰ ਦੇ ਦਿਓ ਫਰੀਦ ਕੋ ਇੱਕ ਬੰਦਾ ਕਿਸ਼ਤਾਂ ਤੇ ਮਸ਼ੀਨ ਲੈਣ ਆਇਆ ਉਹਨੂੰ ਕਹਿੰਦੇ ਆ ਢੋਲਕ ਵੀ ਪਈ ਹੁੰਦੀ ਚਾਹੀਦੀ ਤੇ ਦੰਦ ਇਹਨੂੰ ਕਿਤੇ ਹੈਪਾਟਾਈਟਿਸ ਹੋ ਗਈ ਤੇ ਡਾਕਟਰ ਕੋਲ ਜਾ ਕੇ ਕਹਿਣ ਡਿਆ ਜੀ ਮੈਨੂੰ ਹੈਪੀ ਬਰਥਡੇ ਟੂ ਯੂ ਹੋ ਗਈ ਓਏ ਉਹ ਬਿਮਾਰੀ ਹੋਰ ਹੁੰਦੀ ਆ ਖੁਸ਼ੀ ਹੋਰ ਹੁੰਦੀ ਆ ਮੈਨੂੰ ਹੈਪਾਟਾਈਟਿਸ ਹੋ ਗਈ ਗੋ ਪੰਪ ਵਾਲਿਆਂ ਸਾਹਮਣੇ ਬੈਗ ਪੰਪ ਬਣਾ ਲਿਆ ਉਹ ਯਾਰ ਗੋ ਉਹ ਨਹੀਂ ਉਹ ਵੈਸੇ ਹੀ ਕੰਪਨੀ ਆ ਯਾਰ ਬੈਗ ਪੰਪ ਪਿੱਛੇ ਨੂੰ ਕੀ ਮਤਲਬ ਕੱਲ ਡਾਕਟਰ ਸੀ ਇੱਕ ਮਰੀਜ਼ ਦਵਾਈ ਲੈ ਕੇ ਚੱਲਾ ਤੇ ਉਹਦੇ ਪੈਸੇ ਵੱਧ ਗਏ ਉਹਨੂੰ ਹੋਰ ਗੋਲੀਆਂ ਦੇ ਰਿਹਾ ਉਹ ਕਹਿੰਦਾ ਮੈਂ ਨਹੀਂ ਕਰੇਗਾ ਬੱਚੇ ਖਾ ਲੈਣਗੇ ਕਹਿੰਦਾ ਖੜਾ ਨੀ ਹੋਇਆ ਕਹਿੰਦਾ ਮੇਰੀ ਪੈਦਾਇਸ਼ ਤੁਰਕੀ ਦੀ ਆ ਯਾਰ ਤੂੰ ਖੜਾ ਨੀ ਹੋਇਆ ਯਾਰ ਕਿਹੜਾ ਰੌਲਾ ਆਪਸ ਬੈਠੇ ਬਣਦਾ ਤੇਰਾ ਯਾਰ ਭਾਵੇਂ ਤੂੰ ਤੁਰਕੀ ਪੈਦਾ ਹੋਇਆ ਨਹੀਂ ਹੁੰਦਾ ਬੁਰੀ ਗੱਲ ਆ ਯਾਰ ਕਾਲੂ ਕੰਨ ਖਾ ਕੇ ਫਰੀਦ ਉੱਤੋਂ ਬੋਤਲ ਪੀਂਦੇ ਮਰਦਮ ਚੁਮਾਰੀ ਵਾਲੇ ਆਏ ਤੇ ਐਵੇਂ ਫਰੀਦ ਕਹਿੰਦਾ ਸ਼ੁਕਰ ਆ ਮੈਂ ਤੇ ਖੁਸ਼ ਹਾਂ ਮਰਦਮ ਸ਼ੁਮਾਰੀ ਵਾਲੇ ਦੇ ਘਰ ਆਏ ਤੇ ਅੱਬੇ ਨੇ ਲੈ ਤੇ ਮੂਡ ਬਣਾਇਆ ਉਹ ਕਹਿੰਦਾ ਤੁਹਾਡਾ ਘਰ ਸਾਡਾ ਕਿਹੜਾ ਘਰ ਆ ਭਾਈ ਕਹਿੰਦਾ ਯਾਰ ਉਹ ਸਿੱਧਾ ਦੱਸ ਵੀ ਤੂੰ ਨਿਰਾਸ਼ ਕਰਦਿਆ ਨਾ ਯਾਰ ਚਾਚਾ ਜੀ ਉਹਨੂੰ ਤਾਂ ਦੱਸੋ ਸਾਡਾ ਕਿਹੜਾ ਘਰ ਮੈਨੂੰ ਨਾ ਹੀ ਲਿਖਿਓ ਮਿੱਠੇ ਘਰ ਵੀ ਆਏ ਨਹੀਂ ਲਿਖਦੇ ਤੂੰ ਵੀ ਨਾ ਲਿਖ ਨੋ ਇਹ ਮੈਨੂੰ ਸਮਝਦੇ ਕੋਈ ਤੂੰ ਕਹ ਤਰਾ ਵੀ ਤਦਾਦ ਵਧਾਉਣੀ ਮਰਦਮ ਸ਼ਮਾਲੀ ਉਹਨਾਂ ਦੇ ਘਰ ਆਏ ਉਹ ਸਾਰੀ ਮਰਦਮ ਸ਼ਮਾਲੀ ਕਰਕੇ ਕੰਧ ਤੇ ਲਿਖਣ ਲੱਗੇ ਤਾਂ ਮੈਂ ਕਹਿੰਦਾ ਉਹ ਭਰਾਵਾ ਹੁਣ ਬਣਾਈ ਆ ਹਲੇ ਵੀ ਯਾਰ ਲਿਖ ਲੈਂਦੇ ਏਡਾ ਕਿਹੜਾ ਰੌਲਾ ਯਾਰ ਵੀ ਕਿਤੇ ਢਾਉਣ ਲੱਗੇ ਹੋ ਯਾਰ ਯਾਰ ਉਹ ਗੱਲ ਠੀਕ ਆ ਜਿਹੜਾ ਤੂੰ ਗੱਲ ਆਪਣਾ ਆਉਣ ਆ ਬਹੁਤ ਬੁਰਾ ਹੋ ਜਾਂਦਾ ਆ ਵੀ ਯਾਰ ਗੱਲ ਆਪਣੀ ਜਗ੍ਹਾ ਤੇ ਆ ਬਣਵਾ ਹੁਣ ਉਹ ਬੁਰਾ ਲੱਗਦਾ ਆ ਕਤਰੇ ਪਿਆਉਣ ਵਾਲੀ ਆਈਆਂ ਤੇ ਉਹਨਾਂ ਨੂੰ ਧੀਆਂ ਧਿਆਣੀਆਂ ਸਮਝ ਕੇ ਸੂਟ ਦੇਣ ਨਾਲ ਉਹਨਾਂ ਨੂੰ ਜਾਣਦੇ ਉਹਨਾਂ ਹੋਰ ਵੀ ਕੋਈ ਕੰਮ ਕਰਨਾ ਉਹ ਤੇ ਠੀਕ ਆ ਇਹ ਕਿਹੜੀ ਗੱਲ ਹੋ ਗਈ ਗਿਆਰਾਂ ਬਾਈ ਆਈ ਤੇ ਉਹਨੂੰ ਐਵੇਂ ਕਹੀ ਆਉਣ ਦੇ ਉਹ ਪਿੱਛੋਂ ਖੰਭੇ ਚ ਮਾਰਦੇ ਗਿਆਰਾਂ ਦੋਸਤਾਂ ਸ਼ੁਗਲ ਕਰਨ ਡੇ ਤੇ ਨਾਲੇ ਸ਼ੋਕੀ ਮਾਰਨਗਾ ਜੈਟਲੀ ਸਾਰਾ ਮੇਰੇ ਦਾਦਾ ਹੀ ਵਰਗਾ ਉਹ ਕਿਉਂ ਹੋਣਾ ਕਿੱਥੋਂ ਦਾ ਚਾਹਨਾ ਜੇ ਕੋਈ ਬੰਦਾ ਇਹਦਾ ਦੋਸਤ ਬਣ ਗਿਆ ਉਹਨੂੰ ਤਹਿਦੀਬ ਆਫੀ ਦਾ ਸ਼ੇਅਰ ਕਰ ਲੈਂਦੇ ਆ
ਦੀਆਂ ਪੇਪਰ ਚਾਈਨੀਜ਼ ਚਾਈਨੀਜ਼ ਹਾਂ ਚਾਈਨੀਜ਼ ਇਹਦਾ ਕਿ ਦੋਸਤ ਉਹ ਕਹਿਣ ਡਿਆ ਵਾ ਕਿ ਤੁਹਾਡੀ ਆਵਾਜ਼ ਕੱਟ ਰਹੀ ਆ ਤਸੀ ਭਾਵੀ ਸਾਜੀ ਉਹ ਸ਼ੇਰ ਪਤਾ ਕਿਦਾਂ ਸੁਣਾਉਂਦਾ ਐਦਾਂ ਬਿੱਠਾ ਵਾ ਤਸੀ ਭਾਈ ਮਾਫੀ ਨਾ ਤੇ ਉਹ ਕਹੇਗਾ ਤੁਹਾਂ ਕੋਈ ਮਸਲਾ ਹੈ ਤੁਹਾਡੀ ਆਵਾਜ਼ ਕੱਟ ਰਹੀ ਆ ਸੁਣ ਲਓ ਭਾਜੀ ਤਸੀ ਭਾਈ ਯਾਰ ਮੇਰੇ ਬੜੇ ਪਿਆਰੇ ਰਾਤੀ ਭਾਜ ਨੇ ਕੋਈ 150 ਜੁਗਤ ਕੀਤੀ ਮੈਨੂੰ ਰਾਤੀ ਲਟਾ ਦਿੱਤਾ ਉਹਨੇ ਜੁਗਤ ਕੀਤੀ ਸੀ ਕਹਿੰਦਾ ਵੀ ਐਡਾ ਗਰੀਬ ਆ ਜਿਹੜਾ ਮੋਬਾਈਲ ਦੇ ਉੱਤੇ ਜਹਾਜ਼ ਵਾਲਾ ਆਪਸ਼ਨ ਨਹੀਂ ਹੁੰਦਾ ਉੱਤੇ ਵੀ ਮੋਟਰਸਾਈਕਲ ਬਣੀ ਬਹੁਤ ਮੈਂ ਤੁਹਾਨੂੰ ਕਹਿਣਾ ਤਜੀਬ ਸ਼ਾਇਰ ਤੇ ਠੀਕ ਆ ਲੇਕਿਨ ਉਹ ਬਹੁਤ ਨੈਸ਼ ਆ ਗੱਲ ਕਰਨ ਬਹੁਤ ਕਮਾਲ ਉਹਨਾਂ ਦੇ ਸਾਹਮਣੇ ਕਰੈਕਟਰ ਨੇ ਨਾ ਬਹਿ ਕੇ ਉਹਨਾਂ ਦੀ ਨਜ਼ਮ ਸੁਣਾਤੀ ਤੇ ਹੁਣ ਨਾ ਤਜੀਬ ਬਾਈ ਕਹਿੰਦੇ ਵਾਹ 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 ਤੇ ਮੈਨੂੰ ਸਾਈਡ ਤੇ ਕਹਿੰਦੇ ਉਹ ਇਦਾਂ ਮੈਂ ਪੜ੍ਹਦਾ ਬਲਾ ਉਹ ਜਿੱਦਾਂ ਹੱਥ ਕਰਕੇ ਕਹਿੰਦਾ ਅਮਲੇਗਾ ਪਹਾੜੋਂ ਮੈਂ ਚਟਾਨੋਂ ਮੈਂ ਉਹ ਕੁਲਦਸਤਾਨ ਮੈਂ ਹਮ ਬਲਤਿਸਤਾਨ ਮੈਂ ਮਿਲਾਂਗੇ ਤੇ ਉਹ ਸਾਰਾ ਕੁਛ ਉਹ ਸੁਣਾ ਰਿਹਾ ਯਾਰ ਤਜੀਬ ਆਫੀ ਆਫੀ ਬਹੁਤ ਮਜ਼ੇਦਾਰ ਆ ਕੀ ਬਾਤ ਹੈ ਬਹੁਤ ਪਿਆਰਾ ਇਨਸਾਨ ਸ਼ਾਇਰ ਜਿੰਨਾ ਵੀ ਅੱਛਾ ਨਾ ਉਹ ਇਨਸਾਨ ਪਿਆਰਾ ਉਹਦੇ ਨਾਲੋਂ ਕਿਤੇ ਜ਼ਿਆਦਾ ਅੱਛਾ ਬਹੁਤ ਮੇਰੇ ਹਿਸਾਬ ਨਾਲ ਸਾਜੀ ਜਿੰਨੀ ਕਾਮੇਡੀ ਸੈਂਸ ਉਹਦੇ ਆਬਜ਼ਰਵੇਸ਼ਨ ਆ ਨਾ ਉਹ ਬਹੁਤ ਤੁਸੀਂ ਦੁਆ ਕਰਨਾ ਉਹਨੂੰ ਬੁਲਾਉਣਾ ਸੀ ਜਾਨੀ ਕੀ ਚਾਚ ਹਾਂ ਤੇ ਉਹਨੂੰ ਮੈਂ ਕਹਿਣਾ ਯਾਰ ਖੁਦਾ ਦਾ ਵਾਸ ਅੱਛਾ ਉਹਦਾ ਥੋੜ੍ਹਾ ਬੰਦਾ ਡਰ ਜਾਂਦਾ ਕਿ ਯਾਰ ਮੈਂ ਐਜ਼ ਏ ਸ਼ਾਇਰ ਇੱਕ ਹਾਂ ਅਤੇ ਮੈਂ ਜੁਗਤਬਾਜ਼ੀ ਜਾਂ ਐ ਕਰਾਂ ਲੇਕਿਨ ਨਹੀਂ ਆਬਜ਼ਰਵੇਸ਼ਨ ਜਿਹੜੀ ਨਾ ਉਹਦੀ ਉਹ ਬੜੀ ਕਮਾਲ ਅੱਛਾ ਕਿ ਕਿਸ ਤਰ੍ਹਾਂ ਲੋਕ ਕਰਦੇ ਸੁੱਤਾ ਪਿਆ ਬੰਦਾ ਕੀ ਕਰਦਾ ਸੁੱਤੇ ਪਏ ਬੰਦੇ ਨੇ ਕਹਿੰਦਾ ਉਹ ਚਾਬੀਆਂ ਕਿਤੇ ਰੱਖੀਆਂ ਤੂੰ ਉਹ ਕਿਸ ਤਰ੍ਹਾਂ ਉੱਠ ਕੇ ਦੱਸਦਾ ਵੀ ਕਿਤੇ ਇਹ ਬਹੁਤ ਕਮਾਲ ਦੱਸ ਅੱਛਾ ਉਹਦੇ ਨਾਲ ਸਾਜੀ ਅਸੀਂ ਸ਼ੋਅ ਇੱਕ ਨਹੀਂ ਕਰਾਂਗੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਇੱਕ ਦੋ ਸ਼ੋਅ ਜਿਹੜੇ ਸਾਡੇ ਨਾਲ ਹੋਣ ਹਾਫੀ ਸਾਹਿਬ ਸਾਜੀ ਦੋਨੋਂ ਦਿਨ ਉਹਨਾਂ ਨੂੰ ਗੈਸਟ ਕਰਿਓ ਕਸਮ ਹੈ ਯਕੀਨ ਕਰੋ ਉਹਨੇ ਬਹੁਤ ਮਜ਼ਾ ਉਹਨਾਂ ਨੇ ਦੇਣਾ ਸਾਨੂੰ ਲੇਕਿਨ ਉਹ ਅਗਰ ਉਸ ਪਾਸੇ ਗੱਲ ਹੋ ਲੇਕਿਨ ਉਹ ਥੋੜ੍ਹਾ ਜਿਹਾ ਇੱਕ ਬੰਦੇ ਦੀ ਬਣੀ ਹੁੰਦੀ ਨਾ ਇੱਕ ਸਾਡਾ ਤਾਂ ਯਾਰ ਆ ਅਤੇ ਹੁਣ ਅਸੀਂ ਇਹ ਵੀ ਨਹੀਂ ਬਣਦਾ ਕਿ ਅਸੀਂ ਲੋਕਾਂ ਨੂੰ ਦੱਸੀ ਜੀਏ ਕਿ ਵੀ ਉਹ ਇੱਦਾਂ ਦਾ ਵਾ ਤੇ ਯੇ ਲੇਕਿਨ ਇਹ ਹੈ ਕਿ ਬਹੁਤ ਅੱਛਾ ਇਨਸਾਨ ਆ ਬੜਾ ਪਿਆਰਾ ਬਹੁਤ ਬਹੁਤ ਸੌਫਟ ਔਰ ਚਲੋ ਅੱਲਾ ਖੈਰ ਕਰ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਤੁਸੀਂ ਆਹ ਤੇ ਉਮਰੇ ਦਾੜ ਮੰਗ ਕੇ ਲਾਏ ਤੇ 4 ਦਿਨ ਅਕਲ ਦਾੜ ਸੱਜ ਨਿਕਲੀ ਅਕਲ ਦਾੜ ਨਿਕਲੀ ਸੀ ਮੈਂ ਕਢਾ ਦਿੱਤੀ ਤੇ ਹੁਣ ਬਹੁਤ ਤੰਗ ਕਰ ਰਹੀ ਸੀ ਬਰਬਾਦ ਹੋ ਗਈ ਸੀ ਜ਼ਿੰਦਗੀ ਉਸ ਅਕਲ ਦੀ ਵਜ੍ਹਾ ਤੋਂ ਹੁਣ ਬੇਵਕੂਫ ਟਾਈਪ ਹੋ ਗਿਆ ਹੁਣ ਸਕੂਨ ਹੋ ਗਿਆ ਟੀਮ ਭਰ ਲਓ ਨਾ ਨਾ ਮੈਂ ਕੁਝ ਨਹੀਂ ਬਾਹ ਹੋਈ ਪਈ ਸੀ ਦਾੜ ਸਾਜੀ ਅਕਲ ਦਾੜ ਦੇ ਕੋਲ ਬੰਦਾ ਮਸ਼ਵਰੇ ਵੀ ਲੈ ਸਕਦਾ ਉਹ ਭਾਣ ਨਾ ਅਕਲ ਦਾੜ ਯਾਨੀ ਕਿਉਂ ਕਿਹਾ ਜਾਂਦਾ ਅਕਲ ਦਾੜ ਜਿਹੜੀ ਸਿਆਣੇ ਹੋ ਕੇ ਆਉਂਦੀ ਨਾ ਜਦੋਂ ਤੁਹਾਨੂੰ ਅਕਲ ਆ ਜਾਂਦੀ ਨਾ ਵੱਡੇ ਹੁੰਦੇ ਤੁਸੀਂ ਉਦੋਂ ਲੌਜੀਕ ਇਸ ਦੀ ਉਦੋਂ ਨਿਕਲਦੀ ਜਵਾਨੀ 'ਚ ਪੈਰ ਰੱਖਦਾ ਬੰਦਾ ਉਦੋਂ ਨਿਕਲਦੀ ਓਏ ਜਵਾਨੀ ਨਹੀਂ ਨਹੀਂ ਜਦੋਂ ਤੁਸੀਂ ਮੈਚੂਰ ਹੋ ਜਾਂਦੇ ਹੋ ਹਰ ਗੱਲ ਸਮਝ ਜਾਂਦੇ ਹੋ ਉਦੋਂ ਨਿਕਲਦੀ ਹੈ ਤੁਹਾਨੂੰ ਕਹਿੰਦੇ ਅਕਲ ਦਾੜ ਅਕਲ ਦਾੜ ਦਾ ਤੇ ਬੜਾ ਪਾਗਲ 40 ਦਿਨ ਬੰਦਾ ਤੇਰੇ ਪਟਾਸ ਭਰਾਓ ਪਟਾਸ ਐ ਚੁੱਪ ਕਰਕੇ ਚਲੋ ਨਾਦਰੀਨ ਬਸ ਕਰੋ ਤੁਸੀਂ ਵੀ ਕਸਮ ਹੈ ਵੀ ਬਸ ਸੁਣੀ ਨਹੀਂ ਜਾਣੇ ਨਵੀਆਂ ਤਾਂ ਜੀ ਚੈਨਾ ਦੇ ਪਟਾਕੇ ਨਹੀਂ ਮਿਲਦੇ ਉਹ ਬਾਲ ਕੇ ਤੇ ਫੇਕ ਦੇਣਾ ਇਹਦੇ ਅੰਦਰ ਕਿਸ਼ਵਰਾਤ ਹੋਣ ਲਈ ਹੈ ਚਲੋ ਛੱਡ ਚੈਨਾ ਦੇ ਪਟਾਕੇ ਓਕੇ ਨਾਦਰੀਨ